ਹੁਣ ਜੋਗਿੰਦਰ ਸਿੰਘ ਕਲਸੀ ਸਾਹਿਬ ਸਪੈਸ਼ਲ ਤੌਰ 'ਤੇ ਆ ਕੇ ਕਹਿ ਕੇ ਗਏ ਆ ਬਈ ਹੀਰ ਬਾਣੀ ਮਕਬੂਲ ਆ, ਕੋਈ ਚੱਜ ਦੇ ਥਾਂ ਪਾਰਸਾ ਤੂੰ ਆਪਣੀ ਬਾਣੀ ਕਵਿਤਾ ਕਾਕਿਆਂ ਤੋਂ ਪੜ੍ਹਾ। ਫਿਰ ਮੇਰੇ ਦਿਮਾਗ ਵਿੱਚ ਇਹ ਆਈ ਆ ਬਈ ਤੈਨੂੰ ਯਾਦ ਕਰਾਂ ਹਰ ਚਰਖੇ ਦੇ ਗੇੜੇ, ਹੀਰ ਸਹੁਰੀ ਆ ਗਈ ਸਹੁਰੀ ਕਾਹਦਾ ਨਰਕ ਵਿੱਚ ਆ ਗਈ ਜਦੋਂ ਉਹਦਾ ਦਿਲ ਨਹੀਂ ਮੰਨਦਾ ਪਤੀ ਪਸੰਦ ਨਹੀਂ, ਇੱਕ ਗੁਆਂਢਣ ਆ ਕੇ ਫਿਰ ਸੁਨੇਹਾ ਲੈਣਾ ਚਾਹੁੰਦੀ ਆ। ਤਾਂ ਮੇਰਾ ਨਾਨਾ ਭਗਵਾਨ ਸਿੰਘ ਮਹਾਰਾਜ ਦਾ ਹੋਇਆ ਸਿੱਧੂ ਅਤੇ ਅਸੀਂ ਗਿੱਲ ਹਾਂ। ਤਾਂ ਮੇਰੇ ਨਾਨੇ ਨੇ ਇੱਕ ਕਵਿਤ ਲਿਖਿਆ ਵੀ ਇੱਕ ਜੱਟੀ ਆਣ ਕੇ ਨਜ਼ਦੀਕ ਬੈਠੀ ਵਹੁਟੜੀ ਦੇ ਪੁੱਛਦੀ ਸੁਨੇਹਾ ਅਤੇ ਸਿਆਲਾਂ ਨੂੰ ਮੈਂ ਜਾਣਾ ਨਹੀਂ, ਕਹਿੰਦੀ ਦੱਸ ਦੇ ਸੁਨੇਹਾ ਜਿਹੜਾ ਦੇਵਾਂ ਤੇਰੇ ਮਾਪਿਆਂ ਨੂੰ ਜਿੰਨਾ ਤੇਰੇ ਨਾਲ ਕੀਤਾ ਜ਼ੋਰ ਤੇ ਧਗਾਣਾ ਨਹੀਂ। ਅਤੇ ਹੀਰ ਕਹਿੰਦੀ ਐ ਕਰਕੇ ਕਹਿੰਦੀ ਨਹੀਂ ਮਾਪਿਆਂ ਦੇ ਨਾਲ ਸਾਡਾ ਸਾਕ ਨਹੀਂ ਜਿਉਂਦਿਆਂ ਦਾ, ਚਾਕਬਾਜ਼ ਜਾਈ ਕੋਈ ਪੁੱਛ ਕੇ ਟਿਕਾਣਾ ਨਹੀਂ, ਜਿਉਂਦਾ ਹੈ ਤਾਂ ਆਣ ਕੇ ਤੇ ਮਿਲੇ ਭਗਵਾਨ ਸਿੰਘਾ, ਚੂਚਕੇ ਦੇ ਬਾਰਕਾ ਤੋਂ ਬੈਠਾ ਨਿੰਮੋ ਝਾਣਾ ਨਹੀਂ। ਅਤੇ ਕਹਿੰਦੀ ਖੱਟ ਕੇ ਲਿਆਂਦੇ ਪੇੜੇ ਤੈਨੂੰ ਯਾਦ ਕਰਾਂ ਹਰ ਚਰਖੇ ਦੇ ਗੇੜੇ। ਹਰ ਚਰਖੇ ਦੇ ਗੇੜੇ ਰਾਂਝਿਆ ਯਾਦ ਕਰਾਂ, ਹਰ ਚਰਖੇ ਦੇ ਗੇੜੇ ਵੇ ਤੈਨੂੰ ਯਾਦ ਕਰਾਂ। ਸਾੜਾ ਮੜੀਆਂ ਕਬਰਾਂ ਕਿਸਨਮ ਸਾੜਾ ਮੜੀਆਂ ਕਬਰਾਂ, ਘੁੱਗੀ ਵਸਦੇ ਖੇੜੇ ਵੇ ਤੈਨੂੰ ਯਾਦ ਕਰਾਂ, ਹਰ ਚਰਖੇ ਦੇ ਗੇੜੇ ਰਾਂਝਿਆ ਯਾਦ ਕਰਾਂ। ਸਾਰਾ ਪੇਟ ਜਾਣਦੀ ਸੈਤੀ
ਦੀ ਸੀ ਗੱਲ ਮਕੱਲੀ ਜੈਨ ਨਾ ਆਉਂਦੀ ਬਾਜਾ ਦੇਖੇ ਜੈਨ ਨਾ ਆਉਂਦੀ ਬਾਜਾ ਦੇਖੇ ਤੇਰੀ ਰੂਹ ਦੇ ਭੈਣ ਭੁਲੇਖੇ ਤੇਰੀ ਰੂਹ ਦੇ ਭੈਣ ਭੁਲੇਖੇ ਚੰਗਾ ਪਾਸੇ ਜਿਹੜੇ ਮੈਂ ਤੈਨੂੰ ਯਾਦ ਕਰਾਂ ਹਰ ਚਰਖੇ ਦੇ ਗੇੜੇ ਰਾਂਝਿਆ ਯਾਦ ਕਰਾਂ ਕਰਨੈਲ ਸਿੰਘ ਕਵੀਸ਼ਰ ਪਾਰਸ ਰਾਮੂ ਵਾਲੀ ਆ ਜੋਗਿੰਦਰ ਸਿੰਘ ਕਲਸੀ ਅਤੇ ਸੁਗੜ ਸੁਜਾਨ ਸਾਰੇ ਸਟਾਫ ਦਾ ਇਹਨਾਂ ਮਹਿੰਦਰ ਗਿੱਲ ਵੱਲੋਂ ਅਤੇ ਗੁਰਸੇਵਕ ਸਿੰਘ ਚੰਦ ਸਿੰਘ ਮਾਨ ਵੱਲੋਂ ਧੰਨਵਾਦ ਕਰਦਾ ਮਸ਼ਕੂਰ ਆ ਦੇਣ ਦਾ ਰਿਣੀ ਆ ਇਹਨਾਂ ਬੱਚਿਆਂ ਦਾ ਤੁਸੀਂ ਹੌਸਲਾ ਵਧਾਇਆ ਪਰ ਇਹਨਾਂ ਨੂੰ ਜੇ ਕਿਸੇ ਨੇ ਯਾਦ ਕਰਨਾ ਹੋਵੇ ਤਾਂ ਫੋਨ ਨੰਬਰ 745 7426 7326 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।